ਤੇਰੀ ਬਰਬਾਦੀ ਕੇ ਮਸ਼ਬਰੇ ਆਸਮਾਨੋਂ ਮਿਟ ਜਾਓਗੇ ਜੇਕਰ ਨਾ ਸਮਝੇ ਤੁਮਹਾਰੀ ਦਾਸਤਾ ਤੱਕ ਨਾ ਹੋਗੀ ਦਾਸਤਾਨੋਂ ਮੈਂ ਸੁਣਨ ਵਾਲੀ ਆ ਗੱਲ ਵਿਚਾਰਨ ਵਾਲੀ ਆ ਗੱਲ ਫਿਕਰ ਕਰਨ ਵਾਲੀ ਆ ਪੂਰੇ ਪੰਜਾਬ ਧਿਆਨ ਮਾਰ ਇੱਕ ਬੰਦਾ ਮੈਨੂੰ ਦੱਸਦਾ ਕਿਸੇ ਵੀ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਕੋਈ ਸਿੱਖ Hindu ਬਣਿਆ ਹੋਵੇ ਮੈਂ ਦੱਸਦਾ ਪੰਜਾਬ ਦੇ ਹਾਲਾਤ ਖਾਨਕੋੜ ਜਲੰਧਰ ਨਮਾਸ਼ਹਿਰ ਉਸ ਹਾਰ ਪਰ ਕਹਿੰਦਾ ਕਿੰਨੇ ਸਿੱਖ ਸਾਈ ਬਣ ਗਏ ਬੇਸ਼ੱਕ ਮੈਂ ਪੱਤ ਤਾਂ ਵਾਲ ਕੱਟਦਾ ਪਰ ਦਰਦ ਹੈਗਾ ਅੰਦਰ ਸਿਰਫ ਯਾਰ ਅਹੀ ਚੰਦ ਇਹ ਗੱਲਾਂ ਕਰਕੇ ਕਿ ਕੋਈ ਸਾਡੇ ਜਵਾਕ ਦੇ ਸਕੂਲ ਦੀ ਫੀਸ ਭਰ ਰਿਹਾ ਕੋਈ ਸਾਡਾ ਇਲਾਜ ਕਰਾ ਰਿਹਾ ਕੋਈ ਸਾਨੂੰ ਇੱਕ ਘਰ ਕੋਠਾ ਖੜਾ ਕਰਕੇ ਦੇ ਰਿਹਾ ਐਨੀ ਗੱਲ ਬਦਲੇ ਅਸੀਂ ਧਰਮ ਬਦਲ ਜਾਂਦੇ ਆ ਪੰਜਾਬੀਓ ਸਾਡੀ ਕਹਾਣੀ ਪਾਉਣ ਵਾਲਾ ਵੀ ਕੋਈ ਨਹੀਂ ਰਹਿਣਾ ਇੱਥੇ ਯਾਦ ਰੱਖਿਓ ਆ ਮੈਨੂੰ ਇੱਕ ਕ੍ਰਾਈਮ ਬ੍ਰਾਂਚ ਦੇ ਵਿੱਚ ਮੇਰੀ ਪੁਸਤਕ ਚੋਈ 20 ਦਿਨ ਦਿੱਲੀ ਉੱਥੋਂ ਦਾ ਕਾਸੀਪੀ ਨੇ ਮੈਨੂੰ ਸਵਾਲ ਕੀਤਾ ਜਿਹੜਾ ਮੈਨੂੰ ਬੜਾ ਰੜਕਦਾ ਹੈ ਅੱਜ ਵੀ ਰੜਕਦਾ ਹੈ ਉਹ ਮੈਨੂੰ ਕਹਿੰਦਾ ਲੱਖਾਂ ਸਿਆਂ ਰੌਲਾ ਪਾਉਣਾ ਕਿ ਮੋਦੀ ਪੂਰੇ ਮੁਲਕ ਨੂੰ ਹਿੰਦੂ ਮੁਲਕ ਬਣਾ ਦੇਣਾ ਚਾਹੁੰਦਾ ਹੈ ਪੂਰੇ ਮੁਲਕ ਨੂੰ ਇੱਕੋ ਰੰਗ ਦੇ ਤਿਰੰਗਾ ਚਾਹੁੰਦਾ ਮੈਂ ਕਿਹਾ ਕੋਈ ਸ਼ੱਕ ਨਹੀਂ ਇਹ ਕਹਿੰਦੇ ਆ ਇੱਕ ਦੇਸ਼ ਇੱਕ ਬੋਲੀ ਇੱਕ ਦੇਸ਼ ਇੱਕ ਧਰਮ ਇੱਕ ਦੇਸ਼ ਇੱਕ ਵਿਧਾਨ ਇੱਕ ਦੇਸ਼ ਇੱਕ ਝੰਡਾ ਮਖੇ ਕਦੇ ਨਹੀਂ ਹੋਣਾ ਇਹ ਬਹੁ ਬਣ ਗਈ ਮੁਲਕ ਹੈ ਬਹੁ ਰੰਗਾਂ ਦਾ ਮੁਲਕ ਹੈ ਬਹੁ ਬੋਲੀਆਂ ਦਾ ਮੁਲਕ ਹੈ ਬਹੁ ਮਜਬਾਂ ਦੇ ਲੋਕਾਂ ਦਾ ਮੁਲਕ ਹੈ ਇਸੇ ਕਰਕੇ ਇਹ ਖੂਬਸੂਰਤ ਗੁਲਦਸਤਾ ਹੈ ਮਖਾ ਮੈਂ ਕਹਿੰਦਾ ਹਾਂ ਇਹ ਗੱਲ ਕੋਈ ਸ਼ੱਕ ਨਹੀਂ ਹੈ ਜਿਸ ਤਰੀਕੇ ਨਾਲ ਸੰਗ ਚੱਲਿਆ ਹੋਇਆ ਹੈ ਕਹਣਾ ਫਿਰ ਜਵਾਬ ਦੇਈ ਗੱਲ ਸੁਣਨ ਵਾਲੀ ਆ ਗੱਲ ਵਿਚਾਰਨ ਵਾਲੀ ਆ ਗੱਲ ਫਿਕਰ ਕਰਨ ਵਾਲੀ ਐ ਕਹਿੰਦਾ ਫਿਰ ਜਵਾਬ ਦੇ ਪੂਰੇ ਪੰਜਾਬ 'ਚ ਧਿਆਨ ਮਾਰ ਇੱਕ ਬੰਦਾ ਮੈਨੂੰ ਦੱਸਦਾ ਕਿਸੇ ਵੀ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਕੋਈ ਸਿੱਖ Hindu ਬਣਿਆ ਹੋਵੇ ਮੈਂ ਚੁੱਪ ਕਰ ਗਿਆ ਨਿਗਾਹ ਮਾਰੀ 5-7 ਮਿੰਟ ਸੋਚਿਆ ਮੈਨੂੰ ਕੋਈ ਨਹੀਂ ਨਜ਼ਰ ਆਇਆ ਕਹਿੰਦਾ ਹੁਣ ਤੇਰੇ ਮੈਂ ਦੱਸਦਾ ਪੰਜਾਬ ਦੇ ਹਾਲਾਤ ਗੁਰਦਾਸਪੁਰ ਪਠਾਨਕੋੜ ਜਲੰਧਰ ਨਮਾਸ਼ਹਿਰ ਹੁਸਿਆਰਪੁਰ ਕਹਿੰਦਾ ਕਿੰਨੇ ਸਿੱਖ ਸਾਈ ਬਣ ਗਏ ਜਵਾਬ ਦਿਓ ਬਈ ਮੇਰੇ ਕੋਲੇ ਕੋਈ ਜਵਾਬ ਨਹੀਂ ਸੀ ਬੇਸ਼ੱਕ ਮੈਂ ਪਤ ਤਾਂ ਬਾਲ ਕੱਟਦਾ ਪਰ ਦਰਦ ਹੈਗਾ ਅੰਦਰ ਸਿਰਫ ਯਾਰ ਅਹੀ ਚੰਦ ਇਸ ਗੱਲਾਂ ਕਰਕੇ ਕਿ ਕੋਈ ਸਾਡਾ ਜਵਾਕ ਦੇ ਸਕੂਲ ਦੀ ਫੀਸ ਭਰ ਰਿਹਾ ਹੈ ਕੋਈ ਸਾਡਾ ਇਲਾਜ ਕਰਾ ਰਿਹਾ ਹੈ ਕੋਈ ਸਾਨੂੰ ਇੱਕ ਘਰ ਕੋਠਾ ਖੜਾ ਕਰਕੇ ਦੇ ਰਿਹਾ ਐਨੀ ਗੱਲ ਬਦਲੇ ਅਸੀਂ ਧਰਮ ਬਦਲ ਜਾਨੇ ਆ ਬਦਲ ਰਹੇ ਆ ਕਿ ਨਹੀਂ ਰਹੇ ਹੱਥ ਖੜੇ ਕਰਕੇ ਜਵਾਬ ਤਾਂ ਦੇ ਦਿਓ ਬਦਲ ਰਹੇ ਆ ਨਾ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਨਾ ਹਿੰਦੂਆਂ ਦੇ ਨਾਸਾਈਆਂ ਦੇ ਨਾ ਮੁਸਲਮਾਨਾਂ ਦੇ ਹਰ ਧਰਮ ਦੇ ਹਰ ਧਰਮ ਦਾ ਸਤਿਕਾਰ ਹੈ ਪਰ ਮੈਂ ਕਹਿੰਦਾ ਜਿਹੜਾ ਬੰਦਾ ਹਿੰਦੂ ਧਰਮ ਦਾ ਹਿੰਦੂ ਧਰਮ ਚ ਪਰਪੱਕ ਰਵੇ ਮੁਸਲਮਾਨ ਆਪਣੇ ਜਰਬੇ ਇਸਾਈ ਆਪਣੇ ਜਰਬੇ ਸਿੱਖ ਆਪਣੇ ਜਰਹਿਣ ਜਿਹੜੇ ਧਰਮ ਨੂੰ ਬਚਾਉਣ ਖਾਤਰ ਬੰਦ ਬੰਦ ਕਟਵਾ ਲਏ ਗਏ ਚੜਖੜੀਆਂ ਦੇ ਚੜ ਕੇ ਆ ਰਿਆ ਨਾ ਕਟਵਾ ਲਿਆ ਗਿਆ ਖੋਪੜੀਆਂ ਲਹਾ ਲੀਆਂ ਅੱਜ ਚੰਦ ਛਕਿਆਂ ਪਿੱਛੇ ਅਸੀਂ ਆ ਫੋਟਮਾ ਆਉਂਦੀਆਂ ਵੀਡੀਓ ਆਉਂਦੀਆਂ ਦੁੱਖ ਹੁੰਦਾ ਕਿ ਗਾਤਰੇ ਪਾਏ ਹੁੰਦੇ ਆ ਦਸਤਾਰਾਂ ਬੰਨੀਆਂ ਹੁੰਦੀਆਂ ਦਾਲੇ ਰੱਖੇ ਹੁੰਦੇ ਆ ਫਿਰ ਦੇ ਕਿੱਥੇ ਹੁੰਦੇ ਆ ਡੇਰਿਆਂ 'ਚ ਆ ਛੋਡੇ ਤੇ ਬਿਆਸ ਵਾਲਾ ਵੀ ਹੈਗਾ ਡੇਰਾ ਹੈਗਾ ਨਾ ਜਾਂਦੇ ਤਾਂ ਨਹੀਂ ਜਾਂਦੇ ਆ ਵਿੱਚੋਂ ਜਾਂਦੇ ਹੁਣੇ ਆ ਇਹ ਇਹ ਅਸੀਂ ਇਹ ਇਹ ਆ ਨਸਲ ਖੁਸ਼ੀਆਂ ਜਿਹੜੀ ਮੈਂ ਗੱਲ ਕਰ ਰਿਹਾ ਨਸ਼ਲ ਕੁਸ਼ੀ ਕਿਵੇਂ ਹੁੰਦੀ ਐ ਇਹ ਨਸ਼ਲ ਕੁਸ਼ੀਆਂ ਨੇ ਡੇਰਾ ਬਾਦ ਸੋਡੀਆਂ ਜੜਾਂ ਨੂੰ ਖਾ ਗਿਆ ਨਸ਼ਾ ਸੋਨੂੰ ਖਾ ਰਿਹਾ ਐ ਆ ਸਿਆਸੀ ਬੰਦੇ ਸਾਨੂੰ ਖਾ ਗਏ ਇਹ ਐ ਨਸ਼ਲ ਕੁਸ਼ੀ ਇਤਿਹਾਸ ਸਾਡਾ ਬਗਾੜਿਆ ਜਾ ਰਿਹਾ ਆ ਕਿਤਾਬਾਂ ਨੇ ਸਾਡਾ ਇਤਿਹਾਸ ਬਗਾੜ ਕੇ ਰੱਖ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਤਾਬ ਪਬਲਿਸ਼ ਕੀਤੀ ਐ ਮੈਂ ਪਹਿਲਾਂ ਵੀ ਬੋਲਿਆ ਸੀ ਸਿੱਖ ਹਿਸਟਰੀ ਨਾ ਹਿੰਦੀ ਹਿੰਦੀ ਦੇ ਵਿੱਚ ਸਿੱਖ ਇਤਿਹਾਸ ਲਿਖਿਆ ਗਿਆ ਮੋਰਕੀ ਦੀ ਲੱਗਿਆ ਠੱਪਾ ਕਿਦਾ ਲੱਗਿਆ ਸ਼੍ਰੋਮਣੀ ਕਮੇਟੀ ਦਾ ਕਿਤਾਬ 'ਚ ਪਤਾ ਕੀ ਲਿਖਿਆ ਹੋਇਆ ਕਿ ਗੁਰੂ ਅਰਜਨ ਦੇਵ ਖੁਦਕੁਸ਼ੀ ਕਰ ਗਏ ਸੀ ਗੁਰੂ ਹਰਗੋਬਿੰਦ ਸਾਹਿਬ ਦਿਮਾਗੀ ਤੌਰ ਤੇ ਸੰਤੋਲਨ ਵਿਗੜ ਗਿਆ ਸੀ ਗੁਰੂ ਗੋਬਿੰਦ ਸਿੰਘ ਭਗੌੜੇ ਹੋ ਗਏ ਸੀ ਆ ਬਲਦੇਵ ਸਿੰਘ ਸਿਰਸੇ ਨੇ ਕੇਸ ਵੀ ਪਾਇਆ ਹੋਇਆ ਹਾਈ ਕੋਰਟ ਇਸ ਕਿਤਾਬ ਨੂੰ ਲੈ ਕੇ ਅਸੀਂ ਸੁੱਤੇ ਰਹਨੇ ਆ ਸਾਡਾ ਇਤਿਹਾਸ ਵੀ ਵਿਗਾੜੀ ਜਾਂਦੇ ਆ ਸਾਡੀਆਂ ਇਮਾਰਤਾਂ ਵੀ ਢਾਈ ਜਾਂਦੇ ਆ ਸਾਡੀ ਨਸਲ ਕੁਸ਼ੀ ਕਰੀ ਜਾਂਦੇ ਆ ਕਦੇ ਕਾਸੇ ਨਾ ਕਦੇ ਕਾਸੇ ਨਾ ਸਾਨੂੰ ਸਾਡੀ ਕਿਦਾਰੀ ਉੱਥੇ ਫਸੀ ਐ ਅਸੀਂ ਬਾਦਲ ਨਾਲ ਐ ਅਸੀਂ ਕਾਗਰਸ ਨਾਲ ਐ ਅਸੀਂ ਝਾੜੂ ਨਾਲ ਐ ਓਏ ਵੋਟਾਂ ਤੋਂ ਹੀ ਹੱਲ ਭਾਲੀ ਜਾਂਦੇ ਆ ਜਿਹੜੀਆਂ ਮੈਂ ਗੱਲਾਂ ਤੁਹਾਡੇ ਕੋਲੇ ਰੱਖੀਆਂ ਵੋਟਾਂ ਵਾਲੇ ਮਸਲੇ ਆ ਸੋ ਭਰਾਵੋ ਸਮਾ ਤੁਹਾਨੂੰ ਬੜਾ ਹੋ ਗਿਆ ਗਰਮੀ ਹੈ ਦਿਲ ਕਰਦਾ ਗੱਲਾਂ ਹੋਰ ਕਰ ਲਗੇ ਟਿਕਾਣਾ ਸੁਣ ਰਹੇ ਹਾਂ